व्यू वेखो तुसी जित खुश हुंदा। वेखो कुदरत वेखो वेखो नजारा किन्ना सोहना खूबसूरत। सुबह दे 6 बजे आ ते वेखो माहौल वेखो। हाँ जी की हाल आ सारिआं दे, गुड मॉर्निंग सारिआं नूं। ते तुहाडा स्वागत है एक नवे अपने ब्लॉग च। अज आपां कुछ करांगे काम धंदे नाले, आपां तुहानूं लैके जावांगे गुरद्वारा साहब। अखंड पाठ शुरू आ, मेला आउण वाला सौण दा, मद्दो के भारी रश हुंदा, तुहानूं सारा दिखावांगे। तां शुरू करदे आ अज दीआं गल्लां बातां तों, इदां मतलब बई घा को चकना ठीक आ। ਜਦੋਂ ਇੱਕ ਦੂਜੀ ਗੱਲ ਵੀ ਵੀਡੀਓ ਨਹੀਂ ਪਾਉਂਦੇ ਇੱਦਾਂ ਬਈ, ਜਦੋਂ ਕੋਈ ਕੰਮ ਹੁੰਦਾ ਉਦੋਂ ਹੀ ਵੀਡੀਓ ਬਣਦੀ ਆ, ਉਦੋਂ ਹੀ ਵੀਡੀਓ ਪਾਉਂਦੇ ਹਾਂ। ਹੁਣ ਵੀਡੀਓ ਬਣਾਉਣ ਲਈ ਕੋਈ ਕੰਮ ਕਰੀਏ ਹੈ ਨਾ, ਫਿਰ ਪਤਾ ਲੱਗਦਾ ਵੀ ਨਕਲੀ ਜਿਹਾ ਵੀ ਵੀਡੀਓ ਲਈ ਕੰਮ ਹੋ ਰਿਹਾ। ਅਤੇ ਹੁਣ ਆਪਾਂ ਜਿਹੜਾ ਹੁੰਦਾ ਵੀ ਜੈਨੂਨ ਹੀ ਹੁੰਦਾ ਕੰਮ, ਹੁਣ ਜਦੋਂ ਕੰਮ ਕਰਨ ਆਇਆ ਮੈਂ ਉਦੋਂ ਹੀ ਪਾਊਂਗਾ, ਜਦੋਂ ਨਹੀਂ ਫਿਰ ਕਾਹਦੀ ਵੀਡੀਓ ਠੀਕ ਆ। ਤਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਆਹ ਕੰਮ ਕਰਨਾ। ਜੇ ਆਪਾਂ ਪਹਿਲਾਂ ਆਪਾਂ ਘਾਹ ਚੱਕਾਂਗੇ, ਇੱਥੇ ਰੱਖਾਂਗੇ, ਤੁਹਾਨੂੰ ਦਿਖਾਵਾਂਗੇ, ਤੁਹਾਡੇ ਨਾਲ ਗੱਲਾਂ ਕਰਾਂਗੇ। ਹਾਂਜੀ ਕੀ ਹਾਲ ਆ, ਅਤੇ ਤੁਹਾਨੂੰ ਕਿਹਾ ਸੀ ਆਪਾਂ ਫੇਰ ਮਿਲਦੇ ਹਾਂ ਕੰਮ ਧੰਦਾ ਕਰਨਾ। ਆਹ ਘਾਹ ਵਗੈਰਾ ਆਪਾਂ ਕੱਢ ਕੇ ਰੱਖ ਲਿਆ ਇੱਥੇ, ਉਹ ਵੱਟ ਤੋਂ ਵੀ ਚੱਕਣਾ ਹੈ ਜੇ ਆਪਾਂ। ਅਤੇ ਜਿਹੜਾ ਆਪਣਾ ਝੋਨੇ 'ਚੋਂ ਘਾਹ ਕੱਢਿਆ ਸੀ ਨਾ, ਇਹਦਾ ਝੋਨਾ, ਆਹ ਝੋਨਾ ਤਾਂ ਠੀਕ ਆ, ਉਹ ਝੋਨਾ ਆਪਾਂ ਨੂੰ ਜਾਂ ਤਾਂ ਬਾਸਪਤੀ ਲਾਉਣੀ ਪੈਣੀ ਆ ਜਾਂ ਕੁਛ ਹੋਰ, ਉਹ 'ਚ ਘਾਈ ਵਾਲਾ ਹੋ ਗਿਆ ਮੀਂਹ ਤੋਂ ਬਾਅਦ, ਉਹ ਨਿਕਲਣਾ ਤਾਂ ਹੁਣ ਔਖਾ। ਅਤੇ ਆਪਾਂ ਨੂੰ ਟਰੈਕਟਰ ਹੁਣ ਇੱਥੋਂ ਦੀ ਲਿਆ ਕੇ, ਟਰੈਕਟਰ ਇੱਥੋਂ ਦੀ ਐਂ ਲੰਘਾਉਣਾ ਪਊ। ਹੁਣ ਵੇਹਣੇ ਆ ਲੰਘਦਾ ਲੰਘ ਜੂਗਾ ਟਰੈਕਟਰ ਕਿ ਨਹੀਂ ਲੰਘਦਾ, ਕੀ ਬਣਦਾ। ਚਲੋ ਬਾਕੀ ਤਾਂ ਆਪਾਂ ਇਹਦੇ ਨਾਲ ਆ ਜਿਵੇਂ ਆ ਇਹਦੇ ਨਾਲ ਨਾਲ ਦੀ ਨਿਗਾ ਕੇ ਲੈ ਜਾਵਾਂਗੇ, ਕਿਉਂਕਿ ਘਾਹ 'ਚ ਬਾਹਲਾ ਜ਼ਿਆਦਾ ਹੋ ਗਿਆ ਮੀਂਹ ਨਾ। ਪਹਿਲਾਂ ਹੁਣ ਪਾਣੀ ਨਹੀਂ ਲਾਇਆ ਵੀ ਗੁੱਡਣਾ ਕਰਕੇ, ਠੇਕਾ ਕੀਤਾ ਸੀ ਆਪਾਂ, ਪਰ ਠੇਕੇ ਵਾਲੇ ਵੀ ਕੀ ਕਰਦੇ ਘਾਹ ਜ਼ਿਆਦਾ ਸੀ। ਦੇਖੋ ਸੀ ਦੋ ਜਣੇ ਵਿਚਾਰੇ, ਜੇ ਹੁੰਦੇ ਉਹ 4-5 ਜਣੇ ਫਿਰ ਤਾਂ ਉਹ ਕੱਢ ਦਿੰਦੇ। ਐਂ ਕਰਕੇ ਔਖਾ ਹੋ ਗਿਆ ਕੰਮ, ਐਂ ਘਾਟਾ ਪੈਂਦਾ ਜੱਟਾਂ ਨੂੰ। ਚਲੋ ਪਹਿਲੀ ਵਾਰੀ ਲਾਇਆ ਸੀ ਤਜਰਬੇ, ਤਜਰਬਾ ਠੀਕ ਹੀ ਰਿਹਾ, ਤਜਰਬਾ ਹੀ ਮੰਨ ਸਕਦੇ ਹਾਂ। ਪਹਿਲੀ ਵਾਰੀ ਤਾਂ ਇਕੱਲਾ ਲਾਇਆ ਸੀ ਵੀ ਚਲੋ ਲਾ ਕੇ ਵੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਹੁੰਦਾ। ਚਲੋ ਕੋਈ ਨਹੀਂ, ਇਹ ਤਾਂ ਰੱਬ ਦੀ ਮਰਜ਼ੀ ਆ, ਜੇ ਵੀ ਸੁੱਟਿਆ ਹਰਾ ਕਰਨਾ ਤਾਂ ਉਹਨੇ ਉੱਦਾਂ ਵੀ ਕਰ ਦੇਣਾ, ਨਹੀਂ ਤਾਂ ਉਹਨੇ ਉੱਦਾਂ ਵੀ ਨਹੀਂ ਹੋਣਾ। ਦਾਣੇ ਤਾਂ ਫਿਰ ਕਹਿੰਦੇ ਬਈ ਦਾਣੇ ਦਾਣੇ ਤਾਂ ਲਿਖਿਆ ਖਾਣ ਵਾਲੇ ਦਾ ਨਾ, ਇੱਦਾਂ ਬਈ ਉਹ 'ਚ ਹੁਣ ਆਪਾਂ ਉਹ ਜਿਹੜਾ ਸਾਹਮਣੇ 'ਚ ਆ ਘਾਹ, ਆਹ ਘਾਹ ਵੱਡਾ ਵੱਡਾ ਜਿਹਾ ਦਿੰਦਾ ਤੁਹਾਨੂੰ, ਇਹ ਹੁਣ ਜਾਂ ਤਾਂ ਵਹਾਵਾਂਗੇ 'ਚ ਬਾਸਪਤੀ ਲਾਵਾਂਗੇ ਆਪਾਂ, ਅਤੇ ਜਾਂ ਆਪਾਂ ਕਰਾਂਗੇ ਹੱਲ ਕੋਈ ਇਹ ਘਾਹ ਜੇ ਕੋਈ ਜੁੱਤੇ 'ਤੇ ਆਪਾਂ ਨੂੰ ਜਿਵੇਂ ਬੋਰੀਏ ਵਗੈਰਾ ਹੁੰਦੇ ਉਹ ਮਿਲ ਜਾਣ। ਬਾਕੀ ਬੱਦਲ ਫੇਰ ਆ ਗਿਆ ਅਤੇ ਵਿਊ ਫੇਰ ਸਿਰਾ ਹੀ ਹੋਇਆ ਪਿਆ। ਹਾਂਜੀ ਆਹ ਬੋਰੀ ਧੋਤੀ ਆਪਾਂ ਰੇਹ ਵਾਲੀ, ਰੇਹ ਵੀ ਪਾਉਂਦੇ ਸੀ ਸਵੇਰੇ ਉਦੋਂ ਆਏ ਸੀ ਜਦੋਂ ਵੀ ਘਾਹ ਕੱਢ ਕੇ ਰੱਖਣਾ ਸੀ, ਅਤੇ 2 ਘੰਟੇ ਇੱਥੇ ਪਏ ਰਹੇ ਅਤੇ ਹੁਣ ਚੱਲਦੇ ਹਾਂ ਘਰੇ। ਘਰੇ ਜਾ ਕੇ ਹੁਣ ਹੋ ਗਿਆ ਟਾਈਮ ਪੱਠਿਆਂ ਦਾ, ਹੁਣ ਪਾਉਣੇ ਆ ਪੱਠੇ ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਜੇ ਮੋਟਰ 'ਤੇ ਆਏ ਕੋਈ ਗੱਲਬਾਤ। ਅੱਜ ਵੀ ਕੋਈ ਗੱਲ ਸੁਣਾਵਾਂਗੇ, ਕੋਈ ਹਾਦਸੇ ਵਾਲੀ ਗੱਲ ਸੁਣਾਵਾਂਗੇ, ਕੋਈ ਜਾਂ ਕੋਈ ਜਾਣਕਾਰੀ ਵਾਲੀ ਗੱਲ ਸੁਣਾਵਾਂਗੇ।
ਉੱਧਰ ਪਿੱਛੇ ਗੁਰਦੁਆਰਾ ਸਾਹਿਬ ਦਿੰਦਾ ਹੋਊਗਾ ਅਤੇ ਬੱਦਲ ਵੀ ਚੜ੍ਹਿਆ ਆਉਂਦਾ ਜੇ ਆਊਗਾ ਤਾਂ। ਠੀਕ ਆ, ਅਤੇ ਆਪਾਂ ਮਿਲਦੇ ਹਾਂ ਫਿਰ। ਤੁਸੀਂ ਵੇਖੋ ਵੀ ਉੱਧਰ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ, ਵੇਖੋ। ਚਲੋ ਜੀ, ਜਿੰਦਾ ਲਾਤਾ। ਅਤੇ ਹੁਣ ਆਪਾਂ ਚੱਕਦੇ ਹਾਂ ਆਪਣਾ ਮੋਟਰਸਾਈਕਲ, ਆਹ ਆਪਣਾ ਕੀ ਕਹਿੰਦੇ ਹੁੰਦੇ ਆ ਮੋਟਰ ਵਾਲੀ ਚਾਬੀ। ਚਲੋ ਹੁਣ ਆਪਾਂ ਚੱਲਦੇ ਹਾਂ ਘਰੇ, ਚੱਕਦੇ ਹਾਂ ਆਪਣਾ ਜਾਊਂਗਾ। ਆਹ ਸਵੇਰ ਦੀ ਕੈਣੀ ਨਾਲ ਹੀ ਆ, ਇੱਥੇ ਹੀ ਆ ਗਏ ਸੀ 9 ਵਜੇ ਦੇ ਲੈ ਕੇ, ਹੁਣ ਵੱਜ ਗਏ 2:30। ਹੁਣ ਚੱਲਦੇ ਹਾਂ ਘਰੇ ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਆ ਕੇ ਮੋਟਰ 'ਤੇ। ਚਲੋ ਚੰਗਾ ਜੀ। ਚੱਕੋ ਹਾਂਜੀ, ਆਪਾਂ ਹੈਗੇ ਹਾਂ ਰੈਡੀ, ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ। ਉੱਥੇ ਹੈਗਾ ਦੀਵਾਨ ਸ਼ੁਰੂ, ਖੰਡ ਪਾਠ ਖੁੱਲ੍ਹੇ ਆ, ਆਪਾਂ ਚੱਲਦੇ ਹਾਂ ਮੱਥਾ ਟੇਕਣ। ਅਤੇ ਫਿਰ ਕੱਲ੍ਹ ਨੂੰ ਆਪਾਂ ਚੱਲਾਂਗੇ ਗੁਰਦੁਆਰੇ ਦਾ ਬਲੌਗ ਬਣਾ ਲਾਂਗੇ ਸਾਰਾ, ਤੁਹਾਨੂੰ ਦੱਸਾਂਗੇ ਇਤਿਹਾਸ ਬਾਰੇ। ਚਲੋ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ। ਚਲੋ ਚੱਲੀਏ। ਸਾਹਿਬ ਦੀ ਸਾਈਡ ਆ ਉੱਧਰ ਵੀ ਤੁਹਾਨੂੰ ਦਰਸ਼ਨ ਕਰਾ ਕੇ ਲੈ ਕੇ ਆਵਾਂਗੇ। Thank you.
ਚਲੋ ਹੁਣ ਆਪਾਂ ਚੱਲਦੇ ਆ ਸਾਡਾ ਮੋਟਰਸਾਈਕਲ ਆਪਣਾ ਬਾਹਰੋਂ ਵੇਖ ਲਓ ਗੁਰਦੁਆਰਾ ਸਾਹਿਬ ਇੱਧਰ ਖੇਤ ਆ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਾਹਰੇ ਬਾਹਰ ਆ ਪਿੰਡ ਤੋਂ ਆਪਾਂ ਹੁਣ ਮਿਲਦੇ ਹਾਂ ਕੱਲ੍ਹ ਨੂੰ ਹੁਣ ਆਪਾਂ ਚੱਲਦੇ ਹਾਂ ਹੁਣ ਕਰਦੇ ਹਾਂ ਐਂਡ ਅਤੇ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਫਿਰ ਮਿਲਦੇ ਹਾਂ ਅਤੇ ਮਿਲਾਂਗੇ ਜ਼ਰੂਰ ਤੁਸੀਂ ਆਹ ਵੇਖੋ ਚੰਨ ਵੇਖ ਲਓ ਇੱਕ ਵਾਰੀ ਚੰਨ ਵੇਖ ਲਓ ਓ ਚੰਨ ਚਲੋ ਓਕੇ।